ਉਧਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਿਹਤ ਵਿਭਾਗ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਜਦੋਂ ਸਮਾਗਮ ਦਾ ਉਦਘਾਟਨ ਕਰਨ ਲਈ ਸੰਗਰੂਰ ਪਹੁੰਚੇ ਤਾਂ ਉਸ ਮੌਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਹੀ ਹਾਜ਼ਰ ਨਹੀਂ ਹੋਏ। ਇਸ ਗੱਲ ਦਾ ਮਲਾਲ ਸਿਹਤ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ। ਤੁਸੀਂ ਵੀ ਸੁਣੋ ਸਿਹਤ ਮੰਤਰੀ ਦੇ ਦਿਲ ਦਾ ਦਰਦ। ਮੇਰੀ ਗੱਲ ਸੁਣੋ, ਮੈਂ ਗੱਲ ਕਹੀ ਹੈ, ਉਹ ਹੋ ਗਈ ਨਾ ਪੱਤਰਕਾਰਾਂ ਵਾਲੀ ਗੱਲ, ਯਾਨੀ ਕਿ ਆਪਾਂ ਚੁੰਡੀ ਦੂਸਰੇ ਪਾਸੇ ਲੈਣੀ ਲੈਣੀ ਹੁੰਦੀ। ਮੈਂ ਕਿਹਾ ਕਿ ਵਕਤ ਦੇ ਵਿੱਚ ਅੰਤਰ ਆ ਗਿਆ। ਅੱਜ ਪਹਿਲੇ ਵਕਤ ਸੀ, ਡਰ ਵੀ ਸੀ, ਸ਼ਰਮ ਵੀ ਸੀ। ਅੱਜ ਨਾ ਡਰ ਹੈ, ਨਾ ਸ਼ਰਮ ਹੈ, ਨਾ ਪ੍ਰੋਟੋਕਾਲ ਹੈ, ਨਾ ਬਾਥਰੂਮ ਹੈ, ਕਿਹਾ ਹੈ। ਅੱਜ ਹਾਲਾਤ ਵਾਤਾਵਰਨ ਇਹੋ ਜਿਹੇ ਹੋ ਚੁੱਕੇ ਨੇ। ਮੈਂ 97 ਦੀ ਗੱਲ ਕੀਤੀ, ਮੈਂ ਉਹ ਦੱਸੀ ਹੈ। ਅੱਜ ਦੀ ਗੱਲ ਕਰਾਂ, 97 ਦੇ ਵਿੱਚ ਜਦੋਂ ਅਸੀਂ ਕਿੱਥੇ ਜਾਂਦੇ ਸੀ, ਐਜ ਏ ਮਿਨਿਸਟਰ SSP DC ਸਾਰਾ ਜ਼ਿਲ੍ਹਾ ਆਉਂਦਾ ਸੀ, ਔਰ ਬਿਲਕੁਲ ਬਾਏ ਜੋ ਪ੍ਰੋਟੋਕਾਲ ਬਣਦਾ ਹੈ, ਇਹ ਕੋਈ ਸੁਰਜੀਤ ਜਾਣੀ ਦਾ ਕੋਈ ਰਿਸਪੈਕਟ ਨਹੀਂ ਹੈ। ਇਹ ਕੁਰਸੀ ਦਾ ਹੁੰਦਾ, ਠੀਕ ਹੈ। ਜਦੋਂ ਸੁਰਜੀਤ ਜਾਣੀ ਲੈ ਜਾਣਾ, ਉਹ ਕਿਸਾਨ ਦਾ ਕਿਸਾਨ ਰਹਿ ਜਾਣਾ, ਠੀਕ ਹੈ ਜੀ। ਇਹ ਉਹਦਾ ਪਦ ਜਿਹੜਾ ਹੁੰਦਾ। ਇਸ ਕਰਕੇ ਮੈਂ ਕਿਹਾ ਵੀ ਹਾਲਾਤ ਜਿਹੜੇ ਹਰ ਇੱਕ ਚੀਜ਼ ਦੇ ਬਦਲ ਗਏ।